ਪਿਛਲੇ ਦਿਨੀ ਲੰਬੀ ਦੇ ਵਿੱਚ ਕਿਸਾਨਾਂ ਤੇ ਹੋਏ ਪੁਲਿਸ ਦੇ ਲਾਠੀ ਚਾਰਜ ਦਾ ਮਾਮਲਾ ਹਾਲੇ ਤੱਕ ਭਖਿਆ ਹੋਇਆ ਹੈ ਕਿਸਾਨਾਂ ਨੇ ਸ੍ਰੀ ਮੁਖਸਰ ਸਾਹਿਬ ਦੇ ਡੀਸੀ ਦਫਤਰ ਦੇ ਬਾਹਰ ਪੱਕਾ ਧਰਨਾ ਲਾਇਆ ਹੋਇਆ ਹੈ ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਲੀਡਰਾਂ ਦੇ ਨਾਲ ਮੀਟਿੰਗ ਹੋਈ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਕਿ ਜੱਥੇਬੰਦੀ ਦੇ ਪ੍ਰਧਾਨ ਨੇ ਉਹ ਖਾਸ ਤੌਰ ਤੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਤੇ ਉਹਨਾਂ ਨੇ ਮੀਟਿੰਗ ਤੇ ਜਾਣ ਤੋਂ ਪਹਿਲਾਂ ਇਹੀ ਮੀਡੀਆ ਦੇ ਸਾਹਮਣੇ ਗੱਲਾਂ ਕੀਤੀਆਂ ਕਿ ਲਾਠੀ ਚਾਰਜ ਅਤੇ ਮੁਆਵਜ਼ੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਮੁੱਖ ਮੰਤਰੀ ਸਾਹਮਣੇ ਰੱਖੀਆਂ ਜਾਣਗੀਆਂ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾ ਨੇ ਪ੍ਰੈਸ ਕਾਨਫਰੰਸ ਕੀਤੀ ਦੱਸਿਆ ਕਿ ਮੀਟਿੰਗ ਦੇ ਵਿੱਚ ਮੁੱਖ ਤੌਰ ਤੇ ਲੰਬੀ ਦੇ ਵਿੱਚ ਕਿਸਾਨਾਂ ਤੇ ਹੋਈ ਲਾਠੀਚਾਰਜ ਤੇ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਫਸਲ ਦੇ ਮੁਆਵਜ਼ੇ ਨੂੰ ਲੈ ਕੇ ਗੱਲਬਾਤ ਹੋਈ ਹੈ ਮੁਖਸਰ ਸਾਹਿਬ ਇਲਾਕੇ ਦੇ ਵਿੱਚ ਖਰਾਬ ਹੋਈ ਫਸਲ ਤੇ 50% ਦੇ ਮੁਆਵਜ਼ੇ ਦੀ ਸਹਿਮਤੀ ਇਸ ਮੀਟਿੰਗ ਦੇ ਵਿੱਚ ਬਣ ਗਈ ਹੈ ਤੇ 10% ਇਸ ਦਾ ਮਨਜ਼ੂਰ ਮਜ਼ਦੂਰਾਂ ਨੂੰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਾਡੇ ਨਾਲ ਇਹ ਵੀ ਵਾਦਾ ਕੀਤਾ ਹੈ ਕਿ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੇ ਮਾਮਲੇ ਦੇ ਵਿੱਚ ਦੋਸ਼ੀ ਡੀਸੀ ਅਤੇ ਡੀਐਸਪੀ ਤੇ ਵੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਜਾਣਗੇ ਤੇ ਕਾਰਵਾਈ ਤੁਰੰਤ ਹੋਵੇਗੀ ਨਾਲ ਹੀ ਇਸ ਘਟਨਾ ਦੇ ਦਰਮਿਆਨ ਲੰਬੀ ਵਾਲੀ ਘਟਨਾ ਦੇ ਦਰਮਿਆਨ ਜਿਹੜੇ ਕਿਸਾਨਾਂ ਤੇ ਪਰਚੇ ਦਰਜ ਹੋਏ ਨੇ ਉਹ ਵੀ ਸਰਕਾਰ ਤੁਰੰਤ ਵਾਪਸ ਲਵੇਗੀ ਪਟਿਆਲਾ ਤੇ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਗੜੇਮਾਰੀ ਕਾਰਨ ਪ੍ਰਭਾਵਿਤ ਹੋਈ ਫਸਲ ਦੀ ਗਰਦੌਰੀ ਕਰਾ ਕੇ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਏਗਾ ਇਸ ਤੋਂ ਇਲਾਵਾ ਕਹਿੰਦੇ ਰੈਂਦੀਆਂ ਮੰਗਾਂ ਦੇ ਲਈ ਮੁੜ ਮੁੱਖ ਮੰਤਰੀ ਦੇ ਨਾਲ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਬੈਠਕ ਹੋਏਗੀ ਉਹਨਾਂ ਆਕੇ ਮੁੱਖ ਮੰਤਰੀ ਤੋਸੀ ਸਮਾਂ ਲੈ ਲਿਆ ਤੇ ਮਾਲਵਾ ਇਲਾਕੇ ਦੇ ਵਿੱਚ ਸੇਮ ਦੀ ਮਾਰ ਹੀਟ ਆਈ ਜ਼ਮੀਨ ਲਈ ਵੀ ਮੁੱਖ ਮੰਤਰੀ ਨੇ ਹਾਮੀ ਭਰੀ ਹੈ ਤੇ ਜਿਹੜਾ ਧਰਨਾ ਚੱਲਦੇ ਹੈ ਉਸ ਬਾਰੇ ਉਗਰਾਹਾ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਭਾਵੇਂ ਹੋ ਚੁੱਕੀ ਹੈ ਮੰਗਾ ਮੰਨਣ ਦਾ ਭਰੋਸਾ ਵੀ ਮਿਲ ਚੁੱਕਿਆ ਪਰ ਆਪਣੀ ਜਥੇਬੰਦੀ ਦੇ ਨਾਲ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਉਹ ਇਸ ਬਾਰੇ ਫੈਸਲਾ ਲੈਣਗੇ ਕਿ ਧਰਨਾ ਚੁੱਕਣਾ ਹੈ ਜਾਂ ਫਿਰ ਨਹੀਂ 50 ਕਰੋੜ ਕਿਸਾਨਾਂ ਨੂੰ ਮੁਕਸਰਦਿਆਂ ਨੂੰ ਤੇ 5 ਕਰੋੜ ਮਜ਼ਦੂਰਾਂ ਨੂੰ ਉਹ ਮਾਮਲਾ ਦੇਣ ਤੇ ਸਹਿਮਤੀ ਹੋ ਗਈ ਉਹ ਗੱਲ ਬਣੀ ਤੇ ਦੂਜੀ ਗੱਲ ਜਿਹੜੀ ਹੈ ਵੀ ਉਹ ਇਹ ਘਟਨਾ ਲੰਬੀ ਵਾਲੀ ਘਟਨਾ ਦੇ ਵਿੱਚ ਮੁੱਖ ਦੋਸ਼ੀ ਨੇ ਜਿਹੜੇ ਜਿੰਮੇਵਾਰ ਜਿਹੜਾ ਡੀਸੀ ਤੇ ਡੀਐਸਪੀ ਹੈ ਉਹਨਾਂ ਤੇ ਫੌਰੀ ਕਾਰਵਾਈ ਕਰਨ ਦੀ ਉਹਨਾਂ ਨੇ ਮੰਗ ਮੰਨ ਲਈ ਵੀ ਹਾਂ ਉਹਨਾਂ ਤੇ ਫੌਰੀ ਅਸੀਂ ਜਿੰਨਾ ਵੀ ਛੇਤੀ ਹੋ ਸਕੇ ਉਹਨੂੰ ਸ਼ਬਦ ਤਾਂ ਇੱਕ ਉਹਨਾਂ ਨੇ ਹੋਰ ਹੀ ਵਰਤਿਆ ਕੀ ਵਰਤਿਆ ਹੈ ਤਰੰਤ ਪ੍ਰਭਾਵ ਨਾਲ ਤਰੰਤ ਪ੍ਰਭਾਵ ਵਾਲੀ ਉਹਨਾਂ ਨੇ ਕਿਹਾ ਸ਼ਬਦ ਵੀ ਉਹ ਉਹ ਕਰਾਂਗੇ ਅਸੀਂ ਉਹਨਾਂ ਤੇ ਕਾਰਵਾਈ ਉਹ ਮੰਨ ਲਈ ਦੂਜੀ ਤੀਜੀ ਜਿਹੜੀ ਹੈਗੀ ਵੀ ਗੜੇ ਮਾਰ ਹੋਈ ਹੈ ਜਿਹੜੀ ਮਤਲ ਫਸਲਾਂ ਦੀ ਤੇ ਧੋਨੇ ਦੀ ਹੋਈ ਹੈ ਜਾਂ ਕਣਕ ਦੀ ਹੋਈ ਹੈ ਉਹ ਜ਼ਿਆਦਾਤਰ ਦੋ ਜ਼ਿਲ੍ਹੇ ਮੁੱਖ ਤੌਰ ਤੇ ਪਟਿਆਲਾ ਤੇ ਫਾਜ਼ਿਲਕਾ ਗਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਵੀ ਮਾਰ ਹੋਈ ਹੈ ਉਹ ਜਿਹੜੀ ਵੀ ਮਾਰ ਹੋਈ ਹੈ ਕਿਤੇ ਉਹਦੀਆਂ ਜਿਹੜੀਆਂ ਗਰਦੌਰੀਆਂ ਨੇ ਉਹ ਮੰਗਵਾ ਕੇ ਉਹਨਾਂ ਨੂੰ ਛੇਤੀ ਨਿਬਟਾਰਾ ਕਰਨ ਦੀ ਮੰਗ ਮੰਨੇਗੀ ਅਗਲੀ ਜਿਹੜੀ ਆ ਵੀ ਲੰਬੀ ਦੇ ਵਿੱਚ ਲਾਠੀ ਚਾਰਜ ਦੇ ਵਿੱਚ ਪਰਚੇ ਪਏ ਨੇ ਸਾਡੇ ਕਿਸਾਨਾਂ ਦੇ ਉੱਤੇ ਤੇ ਮਜ਼ਦੂਰਾਂ ਤੇ ਉਹ ਸਾਰੇ ਵਾਪਸ ਲੈਣ ਦੀ ਗੱਲ ਮੰਨੇਗੀ